ਅਮਰਸਰ ਪੇਚ ਤੇ ਸਾਰੇ ਲੋਕਾਂ ਦਾ ਸਵਾਗਤ ਹੈ ਕਰੋਨਾ ਕਾਲ ਦੇ ਚੱਲਦੇ ਜੇ ਕਿਸੇ ਨੂੰ ਅੱਜ ਪਤਾ ਲੱਗਦਾ ਹੈ ਕਿ ਸਾਡੇ ਗੋਂਡੀਆਂ ਨੂੰ ਕਰੋਨਾ ਆ ਗਿਆ ਤੇ ਦੂਸਰਾ ਬੰਦਾ ਆਪਣੇ ਦਿਮਾਗ ਚ ਗੱਲ ਲਾ ਕੇ ਬਹਿ ਜਾਂਦਾ ਪ੍ਰੋਬਲਮ ਜਿਹੜੀ ਜ਼ਿਆਦਾ ਹੈ ਅੱਜ ਦਿਮਾਗੀ ਪ੍ਰੋਬਲਮ ਆ ਗਈ ਇਨਸਾਨ ਨੂੰ ਤੇ ਜਿਹੜਾ ਮੌਸਮ ਬਦਲਿਆ ਹੈ ਮੈਂ ਮਾਈਗ੍ਰੇਸ਼ਨ ਦੀ ਗੱਲ ਕਰਾਂ ਤੇ 99% ਲੋ ਰੋਜ਼ ਲੋਕਾਂ ਦਾ ਸਿਰਪੇੜ ਜਿਹੜਾ ਹੋ ਰਿਹਾ ਆ ਸਮੇਂ ਸਮੇਂ ਅਨੁਸਾਰ ਅੱਗੇ ਵੀ ਡਾਕਟਰ ਦਿਨੇਸ਼ ਜੀ ਸਾਡੇ ਅਮਰਸਰ ਪੇਚ ਤੇ ਜੁੜਦੇ ਆ ਲੋਕਾਂ ਨੂੰ ਰਾਹਤ ਦੰਦੇ ਨੇ ਕਿਉਂਕਿ ਡਾਕਟਰ ਦੀ ਆਪਣੀ ਚੁੰਮੇਵਾਰੀ ਹੈ ਉਹਨਾਂ ਬਾਰੇ ਡਾਕਟਰ ਦਿਨੇਸ਼ ਜੀ ਬੇਖੂਬੀ ਨਮਾਰੇ ਨੇ ਡਾਕਟਰ ਦਿਨੇਸ਼ ਜੀ ਤੁਹਾਡਾ ਸਵਾਗਤ ਹੈ ਅਮਰਸਰ ਪੇਜ ਤੇ ਔਰ ਬੜਾ ਅੱਛਾ ਲੱਗਦਾ ਹੈ ਕਿ ਜਦੋਂ ਤੁਸੀਂ ਅਮਰਸਰ ਪੇਜ ਤੇ ਆ ਕੇ ਆਪਣੇ ਲੋਕਾਂ ਨੂੰ ਟਿਪਸ ਦਿੰਦੇ ਹੋ ਪੈਨ ਦਿੰਦੇ ਹੋ ਕਿਉਂਕਿ ਲੋਕ ਜਾਗਰੂਕ ਹੋਣਾ ਚਾਹੁੰਦੇ ਨੇ ਤੁਹਾਡੇ ਵਰਗੇ ਡਾਕਟਰ ਜੇ ਗਾਈਡ ਕਰਦੇ ਨੇ ਤੇ ਲੋਕ ਅੱਗੇ ਵੱਧ ਸਕਦੇ ਜਿਸ ਤਰ੍ਹਾਂ ਮੌਸਮ ਦਾ ਬਦਲਾਵ ਹੈ 99% ਮੈਂ ਵੀ ਉਹਦੇ ਵਿੱਚ ਆ ਰਿਹਾ ਕਿ ਮੇਰੀ ਵੀ ਰੋਜ਼ ਸਰਪਟ ਹੁੰਦੀ ਹੈ ਇਹਦਾ ਖਾਸ ਕੀ ਕਾਰਨ ਹੈ ਨਮਸਕਾਰ ਸੰਜੇ ਜੀ ਮੈਂ ਡਾਕਟਰ ਦਿਨੇਸ਼ ਕੁਮਾਰ ਨਿਊਰੋ ਫਿਜ਼ੀਸ਼ੀਅਨ ਅੰਮ੍ਰਿਤਸਰ ਤੋਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿੱਦਾਂ ਹੁਣ ਮੌਸਮ ਚੇਂਜ ਹੋ ਰਿਹਾ ਹੈ ਹਿਊਮਿਡਿਟੀ ਵਧੇਗੀ ਗਰਮੀ ਤੇਜ਼ ਹੋਏਗੀ ਟੈਂਪਰੇਚਰ ਵਧੇਗਾ ਇਹਨਾਂ ਸਾਰੀਆਂ ਜਿਹੜੇ ਇਸ ਟੈਂਪਰੇਚਰ ਜਾਂ এনवायरमेंटਲ ਫੈਕਟਰਸ ਜਿਹਨੂੰ ਆਪਾਂ ਕਹਿੰਨੇ ਆ ਇਹਨਾਂ ਨੂੰ ਆਪਾਂ ਦੇਖਿਆ ਜਏ ਤੇ ਹੈਡੈਕ ਦੇ ਇੱਕ ਪ੍ਰੈਸਪਿਟੇਟਿੰਗ ਫੈਕਟਰਸ ਨੇ ਜਿਨ੍ਹਾਂ ਨਾਲ ਹੈਡੈਕ ਆਪਣੀ ਇਨਕਰੀਜ਼ ਹੁੰਦੀ ਜਿੱਦਾਂ ਤੁਸੀਂ ਕਿਹਾ ਕਿ ਤੁਹਾਨੂੰ ਵੀ ਪ੍ਰੋਬਲਮ ਕਈ ਵਾਰ ਹੈਡੈਕ ਦੀ ਹੁੰਦੀ ਕਈ ਵਾਰ ਡੇਲੀ ਹੈਡੈਕ ਨਹੀਂ ਜਿਹਨੂੰ ਅਸੀਂ ਕ੍ਰੋਨਿਕ ਡੇਲੀ ਹੈਡੈਕ ਕਹਿ ਸਕਦੇ ਹਾਂ ਆਪਣੀ ਲੈਂਗੁਏਜ ਦੇ ਵਿੱਚ ਸੋ ਇਸ ਨੂੰ ਕ੍ਰੋਨਿਕ ਡੇਲੀ ਹੈਡੈਕ ਨੂੰ ਜਿਹੜੀ ਕਿ 95% ਪੇਸ਼ੈਂਟਸ ਦੇ ਵਿੱਚ ਮਾਈਗਰੇਨ ਦੀ ਫਾਰਮ ਚ ਪ੍ਰੈਜ਼ੈਂਟ ਕਰਦੀ ਹੈ ਜਿਹੜੀ ਕਿ 4 ਹਫ਼ਤੇ ਤੋਂ ਜ਼ਿਆਦਾ ਲਗਾਤਾਰ ਪੇਸ਼ੈਂਟ ਹੁੰਦੇ ਰਹਿਣਾ ਸੋ ਮਾਈਗਰੇਨ ਜਿਹੜੀ ਕਿ ਆਪਾਂ ਪਹਿਲਾਂ ਵੀ ਕਿਹਾ ਸੀਗਾ ਮੋਸਟ ਪ੍ਰਿਵੋਲੈਂਟ 95% ਹੈਡੈਕਸ ਆਂਦੀ ਹੈ ਤੇ 95% ਹੈਡੈਕਸ ਦੇ ਵਿੱਚੋਂ ਮਾਈਗਰੇਨ ਫੀਮੇਲਸ ਤੋਂ ਜ਼ਿਆਦਾ ਕਾਮਨ ਹੈ ਬਹੁਤ ਜ਼ਿਆਦਾ ਕੰਪੇਅਰਡ ਟੂ ਦਾ ਮੇਲਸ ਬਟ ਨੋ ਡਾਊਟ ਇੱਥੇ ਆਪਣੀ ਸਿਟੀ ਦੇ ਵਿੱਚ ਮੈਂ ਜਿੰਨੇ ਪੇਸ਼ੈਂਟ ਦੇਖਦਾ ਪ੍ਰੋਪੋਰਸ਼ਨ ਇਜ਼ ਇਕੁਅਲ ਆਲਮੋਸਟ ਸਾਰਿਆਂ ਨੂੰ ਮੇਲ ਫੀਮੇਲਸ ਹੈਡੈਕ ਬਹੁਤ ਕਾਮਨ ਹੈ ਮਾਈਗਰੇਨ ਬਹੁਤ ਕਾਮਨ ਹੈ ਇਹਦੇ ਕਈ ਸਿੰਪਟਮਸ ਜਿਹੜੇ ਕਿ ਪੇਸ਼ੈਂਟ ਮਿਸ ਡਾਇਗਨੋਸ ਹੋ ਜਾਂਦਾ ਕਈ ਵਾਰ ਉਹਦੇ ਕਰਕੇ ਲੇਟ ਪ੍ਰੇਜ਼ੈਂਟ ਕਰਦਾ ਜਿੱਦਾਂ ਪੇਸ਼ੈਂਟ ਨੂੰ ਇੱਕਦਮ ਹੈਡੈਕ ਇਦਾਂ ਦਾ ਹੋਣਾ ਹੈ ਕਿ ਜ਼ਰੂਰੀ ਨਹੀਂ ਕਿ ਮਾਈਗਰੇਨ ਇੱਕੋ ਇੱਕੋ ਸਾਈਡ ਹੈਡੈਕ ਨਾਲ ਪ੍ਰੇਜ਼ੈਂਟ ਕਰੇਗਾ ਜਿਹਨੂੰ ਅੱਧਾ ਸਿਰ ਦਰਦ ਕਹਿੰਦੇ ਆ ਕਈ ਵਾਰ ਇਹ ਅੱਗੇ ਪ੍ਰੇਜ਼ੈਂਟ ਕਰਦਾ ਕਈ অক্সਿਪਿਟਲ ਮਾਈਗਰੇਨ ਹੁੰਦਾ ਪਿਛਲੇ ਵੱਨੋਂ ਪ੍ਰੇਜ਼ੈਂਟ ਕਰਦਾ ਕਿ ਬੈਕ ਤੋਂ ਹੈਡੈਕ ਸ਼ੁਰੂ neck ਦੀਆਂ muscles ਜਿਹੜੀਆਂ ਨੀ ਉਹ ਤੋਂ ਹੰਦ ਅ ਤੋਂ ਸ਼ੁਰੂ ਹੋ ਜੇਗੀ ਪੇਸ਼ੈਂਟ ਦੀ ਜਿਆਦਾ ਹੈਡੈਕ ਹੋਣ ਦੇ ਨਾਲ ਹੈਡੈਕ ਦਰਦ ਤੋਂ ਬਾਅਦ ਉਹਨੂੰ ਨੌਜ਼ੀਆ ਫੀਲ ਹੋਏਗਾ ਉਲਟੀ ਆਨ ਨੂੰ ਮਨ ਕਰੇਗਾ ਚੱਕਰ ਆਣੇ ਸ਼ੁਰੂ ਹੋਣਗੇ ਸਭ ਤੋਂ ਕਾਮਨ ਫੈਕਟਰ ਹੈ ਮਿਸ ਡਾਇਗਨੋਸ ਹੁੰਦਾ ਐਜ਼ ਅ ਸਰਵਾਈਕਲ ਚੱਕਰ ਆਣਗੇ ਚੱਕਰ ਆ ਕੇ ਫਿਰ ਪੇਸ਼ੈਂਟ ਨੂੰ ਡਿੱਗਣ ਨੂੰ ਪਏਗਾ ਪੇਸ਼ੈਂਟ ਕਹੇਗਾ ਮੈਨੂੰ ਐ ਲੱਗਦਾ ਕੋਈ ੱੱਕੇ ਮਾਰਦਾ ਕੋਈ ਹੈਡੈਕ ਕਿਦਾਂ ਹੁੰਦਾ ਹੈ ਹੈਡੈਕ ਦੇ ਬਾਅਦ ਮੈਨੂੰ ਧੱਕੇ ਮਾਰਦਾ ਕੋਈ ਧੱਕੇ ਮਾਰਦਾ ਉਸ ਤੋਂ ਬਾਅਦ ਪੇਸ਼ੈਂਟ ਨੂੰ ਬੇਹੋਸ਼ੀ ਤੱਕ ਜਾ ਸਕਦਾ ਹੈ ਪੇਸ਼ੈਂਟ ਐਪੀਲੈਪਸੀ ਚ ਕਨਵਰਟ ਹੋ ਸਕਦਾ ਹੈ ਅਗਰ ਇਹਨੂੰ ਅਨਕੰਟਰੋਲਡ ਰੱਖੀਏ ਮਾਈਗਰੇਨ ਨੂੰ ਜਾਂ ਸਟ੍ਰੋਕ ਹੋ ਸਕਦਾ ਹੈ ਬੀਪੀ ਸ਼ੂਟ ਅਪ ਹੋ ਸਕਦਾ ਹੈ ਇੱਕਦਮ ਇਸ ਚੀਜ਼ ਨੂੰ ਰੋਕਣਾ ਚਾਹੀਦਾ ਕਿਉਂਕਿ ਇਹ ਮੌਸਮ ਚੇਂਜ ਹੋਣਾ ਹੈ ਇਸ ਲਈ ਮੇਰੀ ਖਾਸ ਟਿਪਸ ਪੇਸ਼ੈਂਟ ਲਈ ਆਏ ਨੇ ਜਿਨ੍ਹਾਂ ਪੇਸ਼ੈਂਟਸ ਨੂੰ ਹੈਡੈਕ ਬਹੁਤ ਜ਼ਿਆਦਾ ਕਾਮਨ ਦੇਖਣ ਨੂੰ ਮਿਲਦਾ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਤੇ ਮੌਸਮ ਚੇਂਜ ਹੋਣ ਦੇ ਕਰਕੇ ਆਪਣੇ ਆਪ ਨੂੰ ਹਾਈਡਰੇਟ ਰੱਖਣ ਡੀ ਹਾਈਡਰੇਸ਼ਨ ਨਹੀਂ ਹੁੰਦਣੀ ਜੋ ਆਪਾਂ ਪਾਣੀ ਦੀ ਮਾਤਰਾ ਨਹੀਂ ਘਟੰਦਣੀ ਉਹ ਇੱਕ ਫੈਕਟਰ ਹੈ ਮਾਈਗਰੇਨ ਨੂੰ ਟ੍ਰਿਗਰ ਕਰਦਾ ਹੈ ਜ਼ਿਆਦਾ ਹੀਟ ਐਕਸੈਸ ਹੀਟ ਸਿਰ ਨੂੰ ਟੱਕ ਕੇ ਜਾਣਾ ਡਾਇਰੈਕਟ ਸਨਲਾਈਟ ਜੇ ਤੁਹਾਨੂੰ ਪੈਂਦੀ ਹੈ ਜੇ ਤੁਸੀਂ 5 ਮਿੰਟ ਜਾਂ 5 ਸੈਕਿੰਡ ਵੀ ਜਾਂ 10 ਸੈਕਿੰਡ ਵੀ ਸੈਰ ਕਰ ਲੈਂਦੇ ਹੋ ਐਕਸੈਸ ਹੀਟ ਦੇ ਵਿੱਚ ਮਾਈਗਰੇਨ ਟ੍ਰਿਗਰ ਹੋਏਗਾ ਖਾਣਾ ਮਿਸ ਕਰਦੇ ਹੋ ਕਾਲੀ ਕਾਲੇ ਚ ਆਫਿਸ ਮੈਂ ਜਾਣਾ ਫਿਰ ਮਾਰਨਿੰਗ ਠੀਕ ਹੈ ਮੈਂ ਲੇਟ ਹੋ ਗਿਆ ਉਹ ਦਿਨਾਂ ਵੀ ਮਾਈਗਰੇਨ ਟ੍ਰਿਗਰ ਹੋਏਗਾ ਹੈਵੀ ਐਕਸਰਸਾਈਜ਼ ਕਈ ਪੇਸ਼ੈਂਟ ਜਿਮ ਜਾਂਦੇ ਨੇ ਕਈ ਵਿੱਚ ਜਿਮ ਜਾਂਦੇ ਜਿਮ ਜਾ ਕੇ ਹੈਵੀ ਐਕਸਰਸਾਈਜ਼ ਕਰ ਲੈਂਦੇ ਨੇ ਉਹਦੇ ਨਾਲ ਵੀ ਮਾਈਗਰੇਨ ਟ੍ਰਿਗਰ ਹੋ ਜਾਏਗਾ ਸੋ ਮਾਈਲਡ ਟੂ ਮੋਡਰੇਟ ਐਕਸਰਸਾਈਜ਼ ਇਜ਼ ਗੁੱਡ ਅਗਰ ਤੁਸੀਂ ਐਕਸੈਸ ਤੇ ਕਰੋਗੇ ਉਹਦੇ ਨਾਲ ਮਾਈਗਰੇਨ ਟ੍ਰਿਗਰ ਹੋਏਗਾ ਸਲੀਪ ਪ੍ਰੋਪਰ ਨਹੀਂ ਹੁੰਦੀ ਗਰਮੀ ਜ਼ਿਆਦਾ ਹੋ ਗਈ ਹੈ ਲਾਈਟ ਨਹੀਂ ਆਈ ਰਹਤੀ ਲਾਈਟ ਚਲੇ ਜੇਗੀ ਪੇਸ਼ੈਂਟ ਨੂੰ ਲੱਗ ਕਿ ਸਾਨੂੰ ਕੋਈ ਰਾਤ ਨੂੰ ਨੀਂਦ ਨਹੀਂ ਆਏ ਪੈ ਨੈਕਸਟ ਟਾਈਮ ਜਿੰਨੂੰ ਮਾਈਗਰੇਨ ਨੂੰ ਟ੍ਰਿਗਰ ਹੋਏਗਾ ਸੋ ਸਲੀਪ ਜਿੰਨੂੰ ਆਪਾਂ ਕਹਿੰਦੇ ਆ ਥੈਟ ਇਜ਼ ਆਲਸੋ ਵੈਰੀ ਇੰਪੋਰਟੈਂਟ ਸੋ ਸਫਿਫਥ ਫੈਕਟਰ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੇਸ਼ੈਂਟ ਜਿਹੜਾ ਮੀਲ ਸਕਿਪ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਉਸ ਤੋਂ ਬਾਅਦ ਹੈਵੀ ਮੀਲ ਖਾ ਲੇਗਾ ਜੇ ਕੋਈ ਪੇਸ਼ੈਂਟ ਸਕਿਪ ਕੀਤਾ 9 ਵਜੇ ਨਹੀਂ ਖਾਇਆ ਗਿਆ 12 ਵਜੇ ਨੇ ਹੈਵੀ ਮੀਲ ਖਾ ਲਿਆ ਠੀਕ ਹੈ ਕਿ ਹਾਂ ਮੈਨੂੰ ਬਹੁਤ ਭੁੱਖ ਲੱਗੀ ਹੈ ਉਹ ਵੀ ਇੱਕ ਟ੍ਰਿਗਰਿੰਗ ਫੈਕਟਰ ਮਾਈਗਰੇਨ ਦਾ ਸੋ ਇਹ ਸਾਰੇ ਇਨ ਗਰਮੀਆਂ ਦੇ ਵਿੱਚ ਪੇਸ਼ੈਂਟ ਨੂੰ ਜਦੋਂ ਪੇਸ਼ੈਂਟ ਡੀਹਾਈਡਰੇਸ਼ਨ ਸੋਲਟ ਇਨਟੇਕ ਘਟਦੀ ਪੇਸ਼ੈਂਟ ਨੂੰ ਉਸ ਤੋਂ ਮਾਈਗਰੇਨ ਟ੍ਰਿਗਰ ਹੋਏਗਾ ਉਹਦੇ ਨਾਲ ਸੋ ਖਾਣੇ ਫਰੂਟ ਦੀ ਇਨਟੇਕ ਵਧਾਉਣੀ ਚਾਹੀਦੀ ਹੈ ਫਾਈਬਰ ਡਾਈਟ ਕਿ ਵ ਚਾਕਲੇਟਸ ਹੋ ਗਈਆਂ ਇਹਨਾਂ ਦਾ ਮਾਈਗ੍ਰੇਨ ਟ੍ਰਿਗਰ ਹੋਏਗਾ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਖਾਸ ਧਿਆਨ ਰੱਖ ਕੇ ਪੇਸ਼ੈਂਟਸ ਨੂੰ ਆਪਣਾ ਟਾਈਮ ਇਹਨਾਂ ਚੀਜ਼ਾਂ ਵੱਲ ਡਿਵੋਟ ਜ਼ਿਆਦਾ ਕਰਨਾ ਚਾਹੀਦਾ ਹੈ ਕਿ ਹੈਲਦੀ ਲਾਈਫ ਸਟਾਈਲ ਨੂੰ ਰੱਖਿਆ ਜਾਵੇ ਜਿਹਦੇ ਨਾਲ ਕਿ ਹੈਡੈਕ ਜਾਂ ਮਾਈਗ੍ਰੇਨ ਨੂੰ ਆਪਾਂ ਵਧਨ ਤੋਂ ਰੋਕਿਆ ਜਾ ਸਕੇ ਡਾਕਟਰ ਸਾਹਿਬ ਇੱਕ ਗੱਲ ਮੰਨ ਤੁਹਾਡੀ ਬਹੁਤ ਵਧੀਆ ਹੈ ਤੁਹਾਡੀ ਸਾਰੀਆਂ ਗੱਲਾਂ ਵਧੀਆ ਸੀ ਲੇਕਿਨ ਜੇ ਮੈਂ ਅੱਜ ਦੀ ਗੱਲ ਕਰਾਂ ਸਟਿਲ ਜਿਸ ਤਰ੍ਹਾਂ ਮੌਸਮ ਬਦਲ ਰਿਹਾ ਸਰਦੀਆਂ ਚ ਅਸੀਂ 2 3 ਜਾਂ 4 ਗਲਾਸ ਪਾਣੀ ਪੀਂਦੇ ਸੀ ਅੱਜ ਪਾਣੀ ਦੀ ਲੋੜ 15 ਗਲਾਸ ਦੀ ਆ ਔਰ ਲੋਕੀ ਨਹੀਂ ਪੀਦੇ ਉਦੇ ਕਰਕੇ ਵੀ ਸਹੀ ਤੁਸੀਂ ਕਹਿ ਰਹੇ ਹੋ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਸਿਰ ਪਿੱਟਦੀ ਹੈ ਇਹਦੇ ਕਰਕੇ ਕਿਉਂਕਿ ਪਾਣੀ ਸਾਡੀ ਬੋਡੀ ਨੂੰ ਹੁਣ ਚਾਹੀਦਾ ਸਾਨੂੰ ਆਦਤ ਨਹੀਂ ਹੈ ਤਿੰਨ ਚਾਰ ਮਹੀਨੇ ਅਸੀਂ ਤਿੰਨ ਚਾਰ ਗਲਾਸ ਪਾਣੀ ਪੀਤਾ ਆ ਹੁਣ 15 16 ਗਲਾਸ ਕੀ ਕਹਿਣਾ ਚਾਹੁੰਦੇ ਹੋ ਕਿ ਪਾਣੀ ਕਿੰਨਾ ਪੀਣਾ ਚਾਹੀਦਾ ਜਿਸ ਤਰ੍ਹਾਂ ਇੱਕਦਮ ਗਰਮੀ ਦੁਪਹਿਰ ਦੀ ਵੱਧ ਗਈ ਹੈ ਡੈਫੀਨਿਟਲੀ ਵਾਟਰ ਇਨਟੇਕ ਆਪਾਂ ਨੂੰ ਪਤਾ ਆਪਣੀ ਮੈਕਸੀਮਮ ਬੋਡੀ ਦੇ ਵਿੱਚ ਵਾਟਰ ਹੈ ਸੋ ਆਪਾਂ ਬੋਡੀ ਨੂੰ ਡੀਹਾਈਡਰੇਸ਼ਨ ਜ਼ਿਆਦਾ ਹੋਣ ਦਵਾਂਗੇ ਉਹਦੇ ਨਾਲ ਫੈਕਟਰ ਹੈਡੈਕ ਤੋਂ ਇਲਾਵਾ ਬਾਕੀ ਫੈਕਟਰ ਥਕਾਵਟ ਹੋਣਾ ਕੰਮ ਚ ਇੰਟਰਸਟ ਨਹੀਂ ਲੱਗਣਾ ਅੱਖਾਂ ਦਰਦ ਹੋਣੀਆਂ ਬੈਠੇ ਬੈਠੇ ਸੋ ਜਾਣਾ ਠੀਕ ਹੈ ਬ੍ਰੇਨ ਦੇ ਵਿੱਚ ਇੱਕਦਮ ਪ੍ਰੈਸ਼ਰ ਵਧਣਾ ਜਿਹਦੇ ਕਰਕੇ ਵੀਨਸ ਥਰੰਬੋਸਿਸ ਜਿੰਨੂੰ ਆਪਣੇ ਕਲੋਟ ਬਣਨ ਦਾ ਖਤਰਾ ਵੱਧ ਜਾਂਦਾ ਐਕਸੈਸ ਡੀ ਹਾਈਡਰੇਸ਼ਨ ਨਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਣ ਲਈ ਘੱਟ ਤੋਂ ਘੱਟ ਜਿੱਦਾਂ ਤੁਸੀਂ ਦੱਸਿਆ 15 ਤੋਂ 16 ਤੋਂ 18 ਗਲਾਸ ਤੱਕ ਆਪਾਂ ਨੂੰ ਵਾਟਰ ਯੂ ਸ਼ੁਡ ਟੇਕ ਠੀਕ ਹੈ ਨਾ ਮੈਕਸਿਮਮ ਵਾਟਰ ਜਿਹਦੇ ਨਾਲ ਆਪਾਂ ਨੂੰ ਇਹਨਾਂ ਸਾਰੇ ਫੈਕਟਰਸ ਨੂੰ ਅਵੋਇਡ ਕੀਤਾ ਜਾ ਸਕੇ ਤੇ ਹੈਡੈਕ ਨੂੰ ਪ੍ਰिवेंट ਹੋਣ ਤੋਂ ਰੋਕਿਆ ਜਾ ਸਕੇ ਮਤਲਬ ਟਾਈਮਲੀ ਜਦੋਂ ਤੁਹਾਡੀ ਬੋਡੀ ਮੰਗਦੀ ਹੈ ਐਜ਼ ਇਫ ਰਿਕੁਆਇਰਡ ਯੂ ਸ਼ੁਡ ਟੇਕ ਯਰ ਵਾਟਰ ਤਾਂ ਕਿ ਇਹ ਨਾ ਹੋਏ ਕਿ ਕੱਲ ਨੂੰ ਇਦੀ ਕੋਈ ਹੋਰ ਸਮੱਸਿਆ ਖੜੀ ਹੋਵੇ ਤਾਂ ਸਭ ਇੱਕ ਚੀਜ਼ ਮੈਂ ਵੀ ਕਹਿਣਾ ਚਾਹਾਂਗਾ ਕਿਉਂਕਿ ਅੰਮ੍ਰਿਤਸਰ ਪੇਜ ਨਿਊਜ਼ ਸਮੇਂ ਸਮੇਂ ਅਨੁਸਾਰ ਲੋਕਾਂ ਨੂੰ ਜਾਗਰੂਤ ਕਰਦੀ ਹੈ ਜਿਸ ਤਰ੍ਹਾਂ ਮੈਂ ਐਕਟਿਵ ਐਕਟਿਵ ਤੇ ਨਿਕਲਿਆ ਹਾਂ ਮੈਨੂੰ ਪਤਾ ਮੈਂ 4-5 ਘੰਟੇ ਕੰਮ ਕਰਨਾ ਹੈ ਔਰ ਮੈਨੂੰ ਪਾਣੀ ਦੀ ਬੋਤਲ ਲੱਗਦਾ ਹੈ ਇਹ ਦਿਨਾਂ 'ਚ ਸਾਨੂੰ ਆਪਣੀ ਐਕਟਿਵ ਵਿੱਚ ਰੱਖਣੀ ਪਈਗੀ ਜੇ ਕਾਰ 'ਚ ਕੋਈ ਜਾ ਰਿਹਾ ਤੇ ਕਾਰ 'ਚ ਦੋ ਬੋਤਲ ਰੱਖ ਲਈ ਮੈਂ ਕਿਉਂਕਿ ਪਾਣੀ ਦੀ ਲੋੜ 11 ਵਜੇ ਤੋਂ ਬਾਅਦ ਪੈਣੀ ਪੈਣੀ ਹੈ ਡੈਫੀਨਿਟਲੀ ਹਿਊਮਿਡਿਟੀ ਜਦੋਂ ਵਧੇਗੀ ਟੈਂਪਰੇਚਰ ਵਧੇਗਾ ਆਫਟਰਨੂਨ ਰਾਈਜ਼ ਹੋਏਗਾ ਟੈਂਪਰੇਚਰ ਦਾ ਤਾਂ ਆਪਾਂ ਨੂੰ ਹਰ ਆਪਣੇ ਨਾਲ ਕਟ ਟੁਕੜ ਬੋਟਲਸ ਉਹਨਾਂ ਲੋਕੀ ਤੇ ਵਾਟਰ ਕੈਨਸ ਲੈ ਕੇ ਜਾਂਦੇ ਹੁੰਦੇ ਡੈਫੀਨਿਟਲੀ ਕਈ ਲੋਕੀ ਮਾਰਨਿੰਗ ਸੰਡੇ ਸੰਡੇ ਮਾਰਨਿੰਗ ਸਮ ਪੀਪਲ ਗੋ ਫੋਰ ਅ ਵਾਕ ਕਈ ਵਾਰ ਹਿਊਮਿਡਿਟੀ ਅਰਲੀ ਮਾਰਨਿੰਗ ਜ਼ਿਆਦਾ ਹੁੰਦੀ ਹੈ ਕਈ ਪੇਸ਼ੈਂਟ ਫੇਂਟ ਹੋ ਸਕਦੇ ਉਹਦੇ ਕਰਕੇ ਸੋ ਆਪਣੇ ਗੱਡੀ ਚ ਪਾਣੀ ਰੱਖਣਾ ਆਪਣੇ ਹੱਥ ਚ ਵਾਟਰ ਬੋਟਲ ਹੋਣਾ ਨੂੰ ਰੈਗੂਲਰਲੀ ਆਪਣੇ ਲੈ ਕੇ ਜਾਣਾ ਤੇ ਪੇਸ਼ੈਂਟ ਉਹਨੂੰ ਦੇ ਸ਼ੁਡ ਬੀ ਅਵੋਇਡਿੰਗ 올 ਥੀਸ ਫੈਕਟਰਸ ਗਰਮੀ ਨੂੰ ਅਵ ਬੱਚਿਆ ਜਾ ਸਕਿਆ ਨਾ ਸਾਰੀਆਂ ਫੈਕਟਰਸ ਸਾਬ ਜਿਹੜਾ ਕਰੋਨਾ ਕਾਲ ਦੂਸਰੇ ਚਰਨ ਚ ਆਇਆ ਬਹੁਤ ਹੀ ਜਿੰਨਾ ਵੱਧ ਰਿਹਾ ਲੋਗਾਂ ਨੂੰ ਦਹਿਸ਼ਤ ਪੈ ਗਈ ਹੈ ਕਿਉਂਕਿ ਬਾਲੀਵੁੱਡ ਸਟਾਰ ਵੀ ਆ ਗਏ ਕ੍ਰਿਕਟਰ ਚ ਵੀ ਕੁਝ ਲੋਗ ਆ ਗਏ ਔਰ ਕੁਝ ਸੈਲੀਬ੍ਰਿਟੀ ਵੀ ਜੜੀਆਂ ਉਹ ਆ ਗਈਆਂ ਨੇ ਇਹ ਦਹਿਸ਼ਤ ਦਾ ਜਿਹੜਾ ਸਾਰਾ ਅਸਰ ਦਿਮਾਗ ਤੇ ਪੈਂਦਾ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਮੈਂ ਚੰਦਾ ਹਾਂ ਤੁਸੀਂ ਅਮਨ ਸਰ ਪੇਨਾ ਜੁੜਿਓ ਹਜ਼ਾਰਾਂ ਲੋਕ ਤੁਹਾਨੂੰ ਦੇਖ ਰਹੇ ਨੇ ਮੈਂ ਚੰਦਾ ਸੀ ਉਹਨਾਂ ਲਈ ਵੀ ਕਿ ਸੁਨੇਹਾ ਕਿਉਂਕਿ ਕਰੋਨਾ ਨੇ ਇਸ ਵੇਲੇ ਦਸ਼ਤ ਫਲਾਇਓ ਇਹ ਪੂਰੀ ਡੈਫੀਨਿਟਲੀ ਜਿਹੜਾ ਕੋਵਿਡ ਹੈ ਡੈਫੀਨਿਟਲੀ ਇਹਦੇ ਕਰਕੇ ਇੱਕ ਥ੍ਰੈਟ ਤੇ ਹੈ ਹੀ ਹੈ ਬਟ ਆਪਾਂ ਨੂੰ ਸੋਸ਼ਲ ਡਿਸਟੈਂਸਿੰਗ ਤੇ ਸੇਫ ਆਪਣੀ ਸੈਨੀਟਾਈਜੇਸ਼ਨ ਦਾ ਖਿਆਲ ਰੱਖ ਕੇ ਆਪਾਂ ਨੂੰ ਇੰਨਾਂ ਚੀਜ਼ਾਂ ਤੋਂ ਬਚਣਾ ਹੈ ਇਸ ਤੋਂ ਪੈਨਿਕ ਨਹੀਂ ਹੋਣਾ ਇਹ ਨਹੀਂ ਹੈ ਕਿ ਹਾਂ ਤੁਸੀਂ ਪੇਸ਼ੈਂਟ ਤੋਂ ਉਨੂੰ ਇਹ ਤੁਹਾਨੂੰ ਤੁਸੀਂ ਪਹਿਲਾਂ ਐਗਜ਼ਾਮਪਲ ਦਿੱਤੇ ਸੀ ਕਿਸੇ ਨੂੰ ਕਰੋਨਾ ਹੀ ਘਰ ਚ ਹੋ ਜਾਂਦਾ ਦੂਸਰੇ ਘਰਲੇ ਪਰੇਸ਼ਾਨ ਹੋ ਜਾਂਦੇ ਆਈਸੋਲੇਸ਼ਨ ਸੈਲਫ ਆਈਸੋਲੇਸ਼ਨ ਬਹੁਤ ਜ਼ਰੂਰੀ ਹੈ ਕਵਾਰਨਟਾਈਨ ਬਹੁਤ ਜ਼ਰੂਰੀ ਹੈ ਆਪਣਾ ਖੁਦ ਕਰਨਾ ਤਾਂ ਕਿ ਕਮਿਊਨਿਟੀ ਸਪਰੈਡ ਨੂੰ ਰੋਕਿਆ ਜਾ ਸਕੇ ਪੈਨਿਕ ਨਹੀਂ ਕ੍ਰੀਏਟ ਕਰਨਾ ਕਿਤੇ ਵੀ ਤਾਂ ਕਿ ਦੂਸਰਾ ਬੰਦਾ ਵੀ ਤੁਹਾਨੂੰ ਆ ਕੇ ਆਫਟਰ ਯੂ ਬੀਕਮ ਨੈਗੇਟਿਵ ਹੀ ਕੈਨ ਮੀਟ ਯੂ ਐਂਡ ਯੂ ਕੈਨ ਆਲਸੋ ਜਾ ਕੇ ਉਹਨੂੰ ਮਿਲ ਲਓ ਠੀਕ ਹੈ ਨਾ ਅਗਰ ਤੁਹਾਡੇ ਕੋਈ ਬਹੁਤ ਰਿਲੇਟਿਵਸ ਜਾਂ ਕੋਈ ਬਹੁਤ ਜ਼ਿਆਦਾ ਇਹੋ ਜਿਹਾ ਕੰਫਿਊਜ਼ ਹੋਇਆ ਹੈ ਬਟ ਯੂ ਸ਼ੁਡ ਬੀ ਆਈਸੋਲੇਟਿਡ ਆਈਸੋਲੇਟ ਹੋ ਕੇ ਹੀ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈ ਪੈਨਿਕ ਨਹੀਂ ਹੋ ਪੈਨਿਕ ਹੋਵਾਂਗੇ ਤੇ ਸਾਰੇ ਫੈਕਟਰਸ ਹੈਡੈਕ ਵਰਗੇ ਐਪੀਲੈਪਸੀ ਵਰਗੇ ਨੀਂਦ ਵਰਗੇ ਸਾਰੇ ਡਿਸਟਰਬ ਹੋਣਗੇ ਤੇ ਹੋਰ ਤੇ ਹੋਰ ਕੋ ਮੋਰਬਿਡਿਟੀਆਂ ਜਿਹੜੀਆਂ ਇਨਕਰੀਜ਼ ਹੋਣੀਆਂ ਡਾਇਬੀਟਿਸ ਹੋ ਗਈ ਹਾਈਪਰ ਟੈਨਸ਼ਨ ਹੋ ਗਈ ਸਟ्रेस ਦੇ ਨਾਲ ਆਲਰੇਡੀ ਇਹ ਸਾਰੇ ਫੈਕਟਰਸ ਇੰਟਰਕਨੈਕਟਿਡ ਨੇ ਸੋ ਨੋ ਨੀਡ ਟੂ ਪੈਨਿਕ ਸਟੇ ਸੇਫ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖੋ ਮਾਸਕ ਪਾਈ ਰੱਖੋ ਤੇ ਰੱਬ ਡੈਫੀਨਿਟਲੀ ਹੀ ਵਿਲ ਗਾਈਡ ਅਸ ਟੂ ਬੀ ਹੈਪੀ ਇ ਡਾਕਟਰ ਇੱਕ ਸਵਾਲ ਮੇਰੇ ਦਿਮਾਗ 'ਚ ਹੋ ਰਾਇਆ ਹੈ। ਅੱਜ ਕੱਲ ਜਿਆਦਾ ਲੋਕਾਂ ਨੂੰ ਪ੍ਰੋਬਲਮ ਆ ਗਈ ਹੈ ਸਮੇਂ ਦੀ। ਸਮਾਂ ਨਹੀਂ ਹੈਗਾ। ਮੈਂ ਜਿਸ ਦਾ ਸਟਾਰਟ ਤੁਹਾਨੂੰ ਦੱਸਿਆ 99% ਲੋਕਾਂ ਨੂੰ ਸਿਰ ਪੇੜਵਾ। ਇਜ਼ੀਵੇਵ ਆ ਮੈਡੀਸਨ ਦੀ ਦੁਕਾਨ ਤੇ ਜਾਂਦੇ ਆ ਗੋਲੀ ਖਾਦੀ ਠੀਕ ਹੋ ਗਿਆ ਕੱਲ ਫਿਰ ਗੋਲੀ ਖਾਦੀ ਠੀਕ ਹੋ ਗਿਆ। ਲੱਗਦਾ ਨਹੀਂ ਕਿ ਇਹ ਨੁਕਸਾਨ ਜਿਆਦਾ ਹੋ ਰਿਹਾ ਆ। ਮੈਡੀਸਨ ਦੁਕਾਨ ਤੇ ਜਾ ਕੇ ਬਸ ਗੋਲੀ ਖਾ ਕੇ ਠੀਕ ਹੋਣੇ ਆ। ਕਿਉਂ ਨਹੀਂ ਇਹਦਾ ਪ੍ਰੋਪਰ ਲਾਜ ਨਹੀਂ ਕਰਾਉਣਾ ਚਾਹੀਦਾ ਜੋ ਅੱਜ ਦੇ ਹਾਲਾਤ ਬਣੇ ਹੋਏ ਨੇ ਔਰ 99% ਲੋਕਾਂ ਨੂੰ ਸਿਰ ਪੇੜਵਾ। ਬਿਲਕੁਲ ਠੀਕ ਜੋ ਆਪਾਂ ਵਰਡ ਯੂਜ਼ ਕਰਦੇ ਆ ਆਪਣੀ ਬ੍ਰੇਨ ਦੇ ਵਿੱਚ ਟਾਈਮ ਇਜ਼ ਬ੍ਰੇਨ ਸੋ ਟਾਈਮ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਗਰ ਟਾਈਮਲੀ ਤੁਸੀਂ ਬ੍ਰੇਨ ਨੂੰ ਨਹੀਂ ਕੰਟਰੋਲ ਕਰ ਪਾਉਂਦੇ ਸੋ ਇਹ ਬਹੁਤ ਜ਼ਿਆਦਾ ਹੋਰ ਜ਼ਿਆਦਾ ਐਗਰੀਵੇਟ ਹੋ ਕੇ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਤੁਹਾਨੂੰ ਪ੍ਰੈਜੈਂਟ ਕਰਕੇ ਡਿਫਿਕਲਟੀ ਪ੍ਰੋਡਿਊਸ ਕਰੂਗਾ ਜਿੱਦਾਂ ਸਟ੍ਰੋਕ ਹੋ ਗਿਆ ਪੇਸ਼ੈਂਟ ਤੁਸੀਂ ਜੀ ਮੈਡੀਸਨ ਲਈ ਤੁਹਾਨੂੰ ਹੈਡੈਕ ਹੋਇਆ ਜਿੱਦਾਂ ਤੁਸੀਂ ਐਗਜ਼ਾਮਪਲ ਦਿੱਤੀ ਐਂਡ ਹੈਡੈਕ ਤੁਹਾਨੂੰ ਕੀ ਪਤਾ ਹੈ ਕਿ ਮਾਈਗਰੇਨ ਹੀ ਹੈ ਹੋ ਸਕਦਾ ਹੈ ਕਿ ਕੋਈ ਨਵਾਂ ਸਟ੍ਰੋਕ ਬਣਿਆ ਠੀਕ ਹੈ ਜਾਂ ਕੋਈ ਹੈਮਰੇਜ ਹੋਇਆ ਬ੍ਰੇਨ ਦੇ ਵਿੱਚ ਜਿਹਦੇ ਕਰਕੇ ਤੁਹਾਨੂੰ ਪਤਾ ਨਹੀਂ ਚੱਲ ਰਿਹਾ ਟੈਂਪਰੇਚਰ ਇੰਨਾ ਵਧਨ ਦੇ ਨਾਲ ਤੁਸੀਂ ਕਦੀ ਬੀਪੀ ਨਹੀਂ ਚੈੱਕ ਕਰਾਇਆ ਠੀਕ ਹੈ ਤੇ ਬੀਪੀ ਇੱਕਦਮ ਤੁਹਾਡਾ ਵਧਿਆ ਹੋਇਆ ਹੈ ਹੈਡੈਕ ਤਾਂ ਬੀਪੀ ਦੇ ਵਧਨ ਦੇ ਕਰਕੇ ਹੈਡੈਕ ਸ਼ੁਰੂ ਹੋ ਗਿਆ ਉਹਦੇ ਕਰਕੇ ਹੈਮਰੇਜ ਹੋਇਆ ਪਾਵੇਂ ਉਹ ਲਾਈਟ ਹੈਮਰੇਜ ਹੈ ਉਹ ਮੱਠਾ 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 ਹੈਡੈਕ ਕਰੀ ਜਾ ਰਿਹਾ ਕਰੀ ਜਾ ਰਿਹਾ ਤੁਸੀਂ ਇੱਕ ਦਿਨ ਮੈਡੀਸਿਨ ਖਾਓਗੇ ਦੋ ਦਿਨ ਖਾਓਗੇ ਤੀਸਰੇ ਦਿਨ ਫਿਰ ਤੁਹਾਨੂੰ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਆ ਸੀਜ਼ਰ ਪੈਣੇ ਸ਼ੁਰੂ ਹੋ ਜਾਂਦੇ ਉਹ ਇੰਨਾਂ ਚੀਜ਼ਾਂ ਨੂੰ ਨੈਗਲੈਕਟ ਨਹੀਂ ਕਰਨਾ ਚਾਹੀਦਾ ਇਹ ਕੈ ਪ੍ਰੋਬਲਮ ਹੈ ਦੂਸਰੀ ਕਿ ਮੈਡੀਕੇਸ਼ਨ ਓਵਰਯੂਜ਼ ਹੈਡੈਕ ਆਪਾਂ ਕਹ ਔਰ ਮੋਰ ਦਨ 3 ਮੰਥਸ ਇਹ ਡੈਫੀਨੇਸ਼ਨ ਹੈ ਜਿਹੜੀ ਕਿ ਅਪ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਹੈਡੈਕ ਕ੍ਰਾਈਟੇਰੀਆ ਚ ਯੂਜ਼ ਕਰਦੇ ਆ ਕਿ ਮੋਰ ਦਨ 15 ਡੇਜ਼ ਆਫ ਦ ਮੈਡੀਕੇਸ਼ਨ ਪੇਨ ਕਿਲਰਸ ਫਾਰ ਮੋਰ ਦਨ 3 ਮੰਥਸ ਅਗਰ ਤੁਸੀਂ ਲੈਂਦੇ ਹੋ ਨੂੰ ਅਸੀਂ ਮੈਡੀਕੇਸ਼ਨ ਓਵਰਯੂਸ ਹੈਡੈਕ ਕਹਿੰਦੇ ਆ ਫਿਰ ਪੇਸ਼ੈਂਟ ਦੀ ਹੈਡੈਕ ਠੀਕ ਨਹੀਂ ਹੁੰਦੀ ਜਿਹਨੂੰ ਆਪਾਂ ਕਿਦਾਂ ਤੁਸੀਂ ਕਹਿਣਾ ਚਾਹੁੰਦੇ ਸੀ ਕਿ ਬਿਲਕੁਲ ਕਰੈਕਟ ਹੈ ਐਮਓਐਚ ਨੂੰ ਰਿਡਿਊਸ ਕਰਨਾ ਹੈ ਸਹੀ ਟਾਈਮ ਤੇ ਆਪਾਂ ਨੂੰ ਡਾਕਟਰਸ ਕੋਲ ਜਾਣਾ ਹੈ ਜਿਹੜੇ ਕਿਸ ਚੀਜ਼ ਦੇ ਮਾਹਿਰ ਨੇ ਉਹਨਾਂ ਨੂੰ ਦਿਖਾਣਾ ਹੈ ਤਾਂ ਕਿ ਆਪਾਂ ਆਪਣੇ ਕੋਮੋਰਬਿਡਿਟੀਆਂ ਦੇ ਨਾਲ ਐਸ ਪੇਸ਼ ਨੂੰ ਸੀਜ਼ਰਸ ਨਾ ਹੋਣ ਸੋ ਦਾ ਲਾਈਫ ਸਟਾਈਲ ਅੱਛਾ ਰਹੇ ਨਾ ਆਪਣੇ ਆਪ ਨੂੰ ਪ੍ਰੀਵੈਂਟ ਕਰ ਸਕੇ ਡਾਕਟਰ ਸਾਹਿਬ ਮੈਂ ਵੀ ਬਹੁਤ ਲੋਕਾਂ ਨੂੰ ਮਿਲਦਾ ਹਾਂ ਪਰ ਜਿੰਨੇ ਅੱਛੇ ਤਰੀਕੇ ਦੇ ਨਾਲ ਅੱਜ ਦੇ ਹਾਲਾਤਾਂ ਤੇ ਤੁਸੀਂ ਸਾਡੇ ਨਾਲ ਗੱਲ ਕੀਤੀ ਕਿਉਂਕਿ ਅੱਜ ਪ੍ਰੋਬਲਮ ਜਿਆਦਾ ਮਾਈਗਰੇਜ ਹੁੰਦੀ ਆ ਔਰ ਬਹੁਤ ਚੰਗਾ ਲੱਗਾ ਔਰ ਮੈਂ ਚਾਹਾਂਗਾ ਕਿ ਅੱਗੇ ਵੀ ਜੋ ਤੁਹਾਡਾ ਸਮਾਂ ਹੋਵੇ ਅਮਸਰ ਪੇ ਜੀ ਤਾਂ ਕਿ ਲੋਕਾਂ ਨੂੰ ਦਿਓ ਕਿਉਂਕਿ ਹਜ਼ਾਰਾਂ ਲੋਕ ਤੁਹਾਨੂੰ ਸੁਣਦੇ ਆ ਔਰ ਆਪਾਂ ਇੱਕ ਇਨਸਾਨ ਦੇ ਕੰਮ ਆ ਜੇ ਤੇ ਇਨਸਾਨ ਦਾ ਜੀਵਨ ਸਫਲ ਹੋ ਜਾਂਦਾ ਡਾਕਟਰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਤਨਵਾਦ ਕਰਦਾ ਹਾਂ ਕਿ ਤੁਸੀਂ ਲੋਕਾਂ ਨੂੰ ਇੰਨੀ ਬਰੀਕੀ ਚੀਜ਼ਾਂ ਕੇ ਜਾਣਕਾਰੀ ਦਿੱਤੀ। ਥੈਂਕ ਯੂ ਸੋ ਮੱਚ ਸੰਜੇ ਜੀ ਮੈਂ ਅੱਗੇ ਵੀ ਤੁਹਾਨੂੰ ਇਦਾਂ ਹੀ ਗਾਈਡ ਕਰਦਾ ਰਾਵਾਂਗਾ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਨੌਲੇਜ ਨੂੰ ਡਿਸਟ੍ਰੀਬਿਊਟ ਕੀਤਾ ਜਾ ਸਕੇ ਤਾਂ ਕਿ ਜੋ ਹੋਮਲੀ ਮੈਨੇਜਮੈਂਟ ਹੈ ਪੇਸ਼ੈਂਟ ਕਰ ਕਰਕੇ ਉਸੇ ਟਾਈਮ ਪੇਸ਼ੈਂਟ ਇਮੀਡੀਏਟਲੀ ਡਾਕਟਰ ਕੋ ਜਾਏ ਤੇ ਬਿਨਾ ਕਿਸੇ ਵੀ ਅੰਧਵਿਸ਼ਵਾਸ ਤੋਂ ਨਾ ਦੂਰ ਹੋ ਕੇ ਜਾਂ ਕੋਈ ਅਨਯੂਸ਼ਵਲ ਮੈਡੀਸਨ ਨਾ ਲਵੇ ਸਹੀ ਟਾਈਮ ਤੇ ਡਾਕਟਰ ਕੋ ਪਹੁੰਚ ਕੇ ਆਪਣਾ ਇਲਾਜ ਕਰਾ ਕੇ ਤੇ ਆਪਣਾ ਲਾਈਫ ਨੂੰ ਹੈਲਦੀ ਬਣਾਏ। ਥੈਂਕ ਯੂ ਵੈਰੀ ਮੱਚ।